ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਗੁਰਦਾਸਪੁਰ ਦੇ ਪਿੰਡ ਹੇਮਰਾਜ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਹੋਈ ਹੈ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਕਿ 10 ਦੇ ਕਰੀਬ ਵਿਅਕਤੀਆਂ ਨੇ ਦਿਲਬਾਗ ਸਿੰਘ ਦੇ ਘਰ ਭਾਰੀ ਫਾਇਰਿੰਗ ਕੀਤੀ ਅਤੇ ਉਸਦੇ ਨਾਲ ਗਾਲੀ ਗਲੋਚ ਕੀਤਾ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ 5 ਖੋਲ ਬਰਾਮਦ ਕਰ ਲਏ ਨੇ ਅਤੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਨੇ ਦੱਸਿਆ ਕਿ ਉਸਨੇ ਪਿੰਡ ਦੇ ਵਿੱਚੋਂ ਸਤਵਿੰਦਰ ਸਿੰਘ ਤੋਂ 39 ਕਨਾਲ ਜ਼ਮੀਨ 45 ਲੱਖ ਰੁਪਏ ਦੇ ਵਿੱਚ ਖਰੀਦੀ ਸੀ, ਪਰ ਸਤਵਿੰਦਰ ਸਿੰਘ ਦਾ ਵੱਡਾ ਭਰਾ ਕੁਲਵੰਤ ਸਿੰਘ ਉਸਨੂੰ ਜ਼ਮੀਨ 'ਤੇ ਕਬਜ਼ਾ ਨਹੀਂ ਕਰਨ ਦੇ ਰਿਹਾ। ਉਸਦਾ ਕਹਿਣਾ ਹੈ ਕਿ ਪਿੰਡ ਦੇ ਹੀ ਕੁਝ ਸਿਆਸੀ ਲੋਕ ਮੇਰੇ ਤੋਂ 2.5 ਲੱਖ ਦੀ ਮੰਗ ਕਰ ਰਹੇ ਨੇ ਤਾਂ ਕਿ ਉਹ ਦੋਵਾਂ ਦੇ ਵਿੱਚ ਸਮਝੌਤਾ ਕਰਵਾ ਸਕਣ, ਪਰ ਉਹ ਨਹੀਂ ਮੰਨਿਆ। ਜਿਸ 'ਤੇ ਕੁਲਵੰਤ ਸਿੰਘ ਨੇ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਨਾਲ ਲੈ ਕੇ ਉਸਦੇ ਘਰ ਦੇ ਉੱਤੇ 15 ਰਾਊਂਡ ਫਾਇਰਿੰਗ ਕੀਤੀ ਹੈ ਅਤੇ ਇਸ ਫਾਇਰਿੰਗ ਦੌਰਾਨ ਉਹ ਘਰ ਨਹੀਂ ਸੀ। ਉਸਦੇ ਬੱਚੇ ਅਤੇ ਪਤਨੀ ਸਿਮਰਨਜੀਤ ਹੀ ਸਿਰਫ ਘਰ ਸਨ, ਜੋ ਕਿ ਬਾਹਰ ਨਹੀਂ ਨਿਕਲੇ ਅਤੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਉਹਨਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੈਂ ਨਾ ਕੱਲ੍ਹ ਸ਼ਾਮ ਨੂੰ ਨਾ ਮੇਰੀ ਵਾਈਫ ਦੇ ਮੇਰੇ ਬੱਚੇ ਘਰ ਸੀ ਅਤੇ ਕੋਈ ਰਣਜੀਤ ਸਿੰਘ ਅਤੇ ਅਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਅਤੇ ਸੁਰਿੰਦਰ ਸਿੰਘ ਸਾਨੂੰ ਪ੍ਰੀਤਮ ਸਿੰਘ ਇਹ ਮੇਰੇ ਘਰ ਆ। ਇਹਨਾਂ ਨੇ ਗਲੀ ਦੇ ਵਿੱਚ ਨਾ ਗਾਲਾਂ ਕੱਢਣੀਆਂ ਚਾਲੂ ਕਰਤੀਆਂ ਅਤੇ ਬਾਅਦ 'ਚ ਇਹਨਾਂ ਨੇ ਫਾਇਰਿੰਗ ਚਾਲੂ ਕਰਤੀ ਮੇਰੇ ਘਰ ਦੇ ਵਿੱਚ ਆਣ ਕੇ। ਉਹਦੇ ਵਿੱਚ ਮੈਂ ਨਾ ਸ਼ਹਿਰ ਹੀ ਗੁਰਦਾਸਪੁਰ, ਮੇਰੀ ਵਾਈਫ ਦਾ ਫੋਨ ਆਇਆ ਕਿ ਸਾਡੇ ਗਲੀ ਦੇ ਵਿੱਚ ਨਾ ਗਾਲਾਂ ਕੱਢਣ ਡੇ ਆ ਫਲਾਣੇ ਫਲਾਣੇ ਬੰਦੇ, ਇੱਕ ਉਹਦਾ ਹੀ ਨਾਂ ਦੂਜੇ ਦਾ ਕੀ ਨਾਂ ਸੀ ਜਿਹੜਾ ਮੁੰਡਾ ਨਹੀਂ ਨਿਰਮਲ ਸਿੰਘ, ਉਹਦੇ ਬੇਟੇ ਦਾ ਕੀ ਨਾਂ ਸੀ ਨਰਿੰਦਰ ਸਿੰਘ, ਉਹ ਵੀ ਨਾਲ ਹੀ ਉਹਨਾਂ ਫਾਇਰ ਕੱਢਣੇ ਚਾਲੂ। ਨਵਦੀਪ ਸਿੰਘ ਉਹਦਾ ਨਾਂ ਸੀ, ਉਹ ਵੀ ਨਵਦੀਪ ਸਿੰਘ ਸਾਨੂੰ ਨਿਰਮਲ ਸਿੰਘ ਉਹਨੇ ਗਾਲਾਂ ਕੱਢਣੀਆਂ ਚਾਲੂ ਕਰਤੀਆਂ ਇਹਨਾਂ ਨੇ ਗਲੀ ਦੇ ਵਿੱਚ। 15-16 ਬੰਦੇ ਸੀ ਜਿਹੜੇ ਅਣਪਛਾਤੇ ਸੀ, ਜਿਹਨਾਂ ਨੇ ਨੰਗੀਆਂ ਤਲਵਾਰਾਂ ਫੜੀ ਦੀਆਂ, ਦਾਤਰ ਫੜੇ ਦੇ ਸੀ ਅਤੇ ਮੈਨੂੰ ਫੋਨ ਕੀਤਾ ਅਤੇ ਮੈਂ ਮਿੰਟੋ ਮਿੰਟ ਹੀ ਮੋਟਰਸਾਈਕਲ ਫੜ ਕੇ ਜਿੰਨਾ ਚਿਰ ਨੂੰ ਮੈਂ ਇੱਥੇ ਆਇਆ ਉਹਨਾਂ ਚਿਰ ਨੂੰ ਉਹ ਗਾਲਾਂ ਕੱਢ ਕੇ ਅਤੇ ਉਹਨਾਂ ਚਿਰ ਮੈਂ 112 'ਤੇ ਵੀ ਕੰਪਲੇਂਟ ਕਰਤੀ ਉੱਥੋਂ ਗੁਰਦਾਸਪੁਰੋਂ ਹੀ ਅਤੇ ਉਹਨਾਂ ਚਿਰ ਨੂੰ ਪੁਲਿਸ ਵੀ ਆ ਗਈ। ਉਹਨਾਂ ਨੇ ਘੱਟ ਤੋਂ ਘੱਟ 5 ਸਿੱਕੇ ਮਿਲੇ ਆ, ਜਿਹੜੇ ਕਿ 4 ਜਿਹੜੇ ਮੈਂ ਪੁਲਿਸ ਨੂੰ ਕੁਰਦ ਕਰਤੇ ਆ ਅਤੇ 1 ਆ ਹੁਣ ਮੈਨੂੰ ਮਿਲਿਆ ਆ ਅਤੇ ਇਹਨਾਂ 14-15 ਫਾਇਰ ਕੀਤੇ ਆ ਮੇਰੇ ਹਿਸਾਬ ਨਾਲ, 10-12-14 ਇਹਦੇ ਵਿੱਚ ਕੀਤੇ ਆ ਮੈਨੂੰ ਇਹਨਾਂ ਨੇ। ਪੈਲੀ ਦਾ ਮੇਰਾ ਮਸਲਾ, ਮੈਂ ਪੈਲੀ ਖਰੀਦੀ ਇੱਥੇ ਜੀ, ਉਹ ਪੈਲੀ ਦਾ ਮਸਲਾ ਸੀ, ਮੈਨੂੰ ਇਹਨਾਂ ਨਾਲ ਮੇਰਾ ਕੋਈ ਮਸਲਾ ਨਹੀਂ। ਇੱਥੇ ਕੰਪਲੇਂਟ ਆਈ ਸੀ ਵੀ ਹਮਰਾਜਪੁਰ ਦੇ ਵਿੱਚ ਗੋਲੀ ਚੱਲੀ ਹੈ ਅਤੇ ਸਾਡੀ ਪੁਲਿਸ ਟੀਮ ਜਿਹੜੀ ਰਾਤ ਗਈ ਸੀ ਇਨਵੈਸਟੀਗੇਸ਼ਨ ਕਰਨ, ਰਾਤ ਜਦੋਂ ਸਾਡੀ ਪੁਲਿਸ ਟੀਮ ਗਈ ਅਤੇ ਉੱਥੇ ਉਹਨਾਂ ਨੂੰ ਉਸ ਟਾਈਮ ਕੋਈ ਫੋਲ ਵਗੈਰਾ ਨਹੀਂ ਲੱਭੇ, ਠੀਕ ਹੈ ਜੀ। ਉਹਦੀ ਅਸੀਂ ਆ ਕੇ ਆਪਣੇ ਰੋਜ਼ ਨਾਮ ਸੀ ਰਫਤ ਪਾਈ ਗਏ ਅਤੇ ਸਵੇਰੇ ਜਿਹੜੇ ਨੇ ਕੰਪਲੇਨੈਂਟ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਉਹਨਾਂ ਨੂੰ 4 ਫੋਲ ਲੱਭੇ ਆ, ਠੀਕ ਹੈ ਜੀ। ਉਹਦੇ 'ਚ ਅਸੀਂ ਤਫਤੀਸ਼ ਕਰ ਰਹੇ ਹਾਂ, ਠੀਕ ਹੈ। ਜਿਹੜੇ ਕੰਪਲੇਨੈਂਟ ਦੇ ਮੁਤਾਬਕ ਜਿਹੜੇ ਜਿਨ੍ਹਾਂ ਨੇ ਕੀਤੀ ਆ ਫਾਇਰਿੰਗ ਉਹਨਾਂ ਨੂੰ ਪੁੱਛ ਗਿੱਛ ਕਰ ਰਹੇ ਹਾਂ ਅਤੇ ਜੇ ਲੋੜ ਪਈ ਇਸ ਦੇ ਵਿੱਚ ਅੱਗੇ FIR ਜ਼ਰੂਰ ਕੀਤੀ ਜਾਏਗੀ ਜੀ, ਜੋ ਕਾਨੂੰਨ ਮੁਤਾਬਕ ਕਾਰਵਾਈ ਉਹ ਅਮਲ 'ਚ ਲਿਆਂਦੀ ਜਾਏਗੀ। ਉਹਨਾਂ ਕਹਿਣ ਮੁਤਾਬਕ ਕਿਹੜੀ ਗੱਲ ਲੈ ਗੋਲੀ ਕੀਤੀ? ਉਹਨਾਂ ਨੇ ਇਹ ਕਾਰਨ ਨਹੀਂ ਦੱਸਿਆ, ਉਹ ਕਹਿੰਦੇ ਵੀ ਸਾਡੇ ਮੈਂ ਪਿੰਡ 'ਚ ਨਹੀਂ ਸੀਗਾ ਉਸ ਟਾਈਮ, ਘਰ ਨਹੀਂ ਸੀਗਾ ਅਤੇ ਉਹਨਾਂ ਦੀ ਵਾਈਫ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਵੀ ਐਂ ਜਿਹੜੀ ਆ ਗੋਲੀ ਚੱਲੀ ਆ ਅਤੇ ਜਿਹੜੀ ਗੋਲੀ ਦਾ ਵਾਪਰਨ ਦੀ ਜਿਹੜੀ ਘਟਨਾ ਵਾ ਉਹਨਾਂ ਦੇ ਘਰ ਤੋਂ 40-50 ਫੁੱਟ ਦੇ ਦੂਰ ਦੇ ਕਰੀਬ ਹੋਈ ਹੈ। ਜ਼ਮੀਨੀ ਵਿਵਾਦ ਦਾ ਮਸਲਾ ਸਾਹਮਣੇ ਇਹਨਾਂ ਦਾ ਜੀ ਹੈਗਾ ਵਾ ਪੈਲੀ ਦਾ ਮਸਲਾ। ਹਾਂਜੀ, ਸਾਡਾ ਮੌਕੇ 'ਤੇ ਅਫਸਰ ਗਿਆ, ਉਹਨੇ ਚੈੱਕ ਕੀਤਾ ਆਪਣੀ ਆ ਕੇ ਰਫਟ ਪਾਈ ਰੋਜ਼ ਨਾਮ 'ਚ, ਜੋ ਇਨਵੈਸਟੀਗੇਸ਼ਨ ਸਾਹਮਣੇ ਆਈਆਂ ਗੱਲਾਂ, ਠੀਕ ਹੈ ਜੀ। ਹੁਣ ਸਵੇਰੇ ਉਹਨਾਂ ਤੋਂ ਜਿਹੜੇ ਰੌਣ ਸੀ ਉਹ ਸਾਡਾ ਅਫਸਰ ਹੀ ਜਾ ਕੇ ਲੈ ਕੇ ਆਇਆ, ਠੀਕ ਹੈ।
ਅਤੇ ਹੁਣ ਗਾੜੀ ਤਫਤੀਸ਼ ਕਰ ਰਹੇ ਹਾਂ, ਜਿਹੜੇ ਜਿਹੜੇ ਬੰਦੇ ਉਹਨਾਂ ਨੇ ਦੋ ਲਿਖਾਏ ਆ ਉਹਨਾਂ ਦੇ ਨਾਲ ਪੁੱਛਗਿੱਛ ਕਰ ਰਹੇ ਹਾਂ। ਖੋਲ ਜਿਹੜੇ ਨੇ ਜੀ 32 ਬੋਰ ਦੇ ਨੇ।